ਸਾਰੇ ਪਾਰਟੀਆਂ ਵਾਲੇ ਨਹੀਂ ਤਾਂ ਇੰਨਾ ਇਕੱਠਾ ਕਹਿੰਦੇ ਕਾਂਗਰਸ ਹੀ ਸੀ ਬਹੁਤ ਹੀ ਸਰਕਾਰੀਓ ਜਿੰਦਰਵਾਲ ਬਜ਼ੁਰਗੋ ਨੌਜਵਾਨ ਵੀਰੋ ਦੁਕਾਨਦਾਰ ਭਰਾਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਕਿ ਬਹੁਤ ਹੀ ਸਾਰੇ ਰੁਝੇਵੇਂ ਹੋਣ ਦੇ ਕਾਰਨ ਕਿਉਂਕਿ ਤੁਸੀਂ ਲੋਕਾਂ ਨੇ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਤੇ ਤੁਸੀਂ ਲੋਕਾਂ ਨੇ ਮੈਨੂੰ ਇੱਕੀ ਵਾਰੀ ਜਦੋਂ ਸਾਰਾ ਪੰਜਾਬ ਹਾਰ ਗਿਆ ਮਾਲਵਾ ਸਾਰਾ ਹਾਰ ਗਿਆ ਉਦੋਂ ਕਿੱਦੜਵਾ ਦੇ ਲੋਕਾਂ ਨੇ ਫਿਰ ਰਾਜੇ ਬਣੇਗੇ ਨਮਾਣੇ ਨਟਾਣੇ ਦੇ ਮੱਥੇ ਤੇ ਤਿਲਕ ਲਾਤਾ ਤੇ ਤੁਹਾਡੀ ਕਿਰਪਾ ਕਰਕੇ ਮੈਂ ਪੰਜਾਬ ਦਾ ਪ੍ਰਧਾਨ ਬਣਿਆ ਪੰਜਾਬ ਦਾ ਪ੍ਰਧਾਨ ਬਣ ਕਰਕੇ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਕਿਤੇ ਨਾ ਕਿਤੇ ਮਾਫੀ ਤਾਂ ਮੰਗੀ ਹੈ ਕਿ ਕਿੱਦੜਵਾ ਚ ਅੱਗੇ ਜਿਹੜਾ ਮੈਂ ਰੋਜ਼ ਹੁੰਦਾ ਸੀ ਹੁਣ ਮੇਰੀ ਹਾਜ਼ਰੀ ਕੋਈ 5-10 ਦਿਨਾਂ ਤੋਂ ਆਉਣਾ ਅੱਜ ਵੀ ਕਾਫੀ ਪ੍ਰੋਗਰਾਮ ਸੀਗੇ ਮੇਰੇ ਤੇ ਮੈਨੂੰ ਸੁਨੇਹਾ ਲਾਇਆ ਮੇਰੇ ਸਾਰੇ ਹੀ ਕਾਂਗਰਸ ਪਾਰਟੀ ਦੇ ਸਾਡੇ ਸਾਥੀਆਂ ਨੇ ਉਹਨਾਂ ਨੇ ਕਿਹਾ ਵੀ ਸਾਰਾ ਸ਼ਹਿਰ ਜਿਹੜਾ ਹੈ ਅੱਜ ਬਰਫ ਵਾਲੀ ਗਲੀ ਦੇ ਮੋੜ ਤੇ ਸਾਰੇ ਸ਼ਹਿਰ ਦੇ ਦੁਕਾਨਦਾਰ ਭਰਾ ਇਕੱਠੇ ਹੋ ਕੇ ਧਰਨਾ ਲਾਈ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਡਾਕਟਰ ਜੀ ਨੂੰ ਭੇਜ ਦਿੰਦਾ ਇਹਨਾਂ ਨੇ ਕਿਹਾ ਕਿ ਨਹੀਂ ਭਾਈ ਤੁਸੀਂ ਆਪ ਆਓ ਮੈਂ ਕਿਹਾ SSP DGP ਨਾਲ ਗੱਲ ਕਰ ਲੈਂਦੇ ਇਹ ਕਹਿੰਦੇ ਪਹਿਲਾਂ ਤੁਸੀਂ ਇੱਥੇ ਆਓ ਤੇ ਫੇਰ ਆ ਕੇ ਗੱਲ ਕਰੋ ਬੜਾ ਅਫਸੋਸ ਹੈ ਇਸ ਗੱਲ ਦਾ ਪਤਾ ਨਹੀਂ ਪੰਜਾਬ ਨੂੰ ਕੀ ਹੋ ਗਿਆ ਠੀਕ ਹੈ ਲੋਕਾਂ ਨੂੰ ਇਹ ਮਜ਼ਾਕੀਆ ਲੱਗਦਾ ਵੀ ਸਰਕਾਰ ਬਣ ਗਈ ਬਦਲ ਗਈ ਨਵੀਂ ਸਰਕਾਰ ਆ ਗਈ ਪਰ ਸੱਚ ਜਾਣਿਓ ਤੁਹਾਡਾ ਪੰਜਾਬ 50 ਸਾਲ ਪਿੱਛੇ ਚਲਾ ਗਿਆ ਇਹ ਚੌੜ ਚੌੜ ਦਾ ਜਿਹੜਾ ਘਾਟਾ ਹੈ ਇਹ ਜ਼ਿੰਦਗੀ ਚ ਮੁੜ ਕੇ ਪੰਜਾਬ ਪੂਰਾ ਨਹੀਂ ਕਰ ਸਕਦਾ ਅਜੇ ਜਿਹੜਾ ਅੱਤਵਾਦ ਦਾ ਸਮਾਂ ਸੀਗਾ ਅੱਤਵਾਦ ਦਾ ਜਿਹੜਾ ਮੰਦਾ ਪੰਜਾਬ ਤੇ ਪਿਆ ਸੀਗਾ ਜਿਹੜਾ ਕਰੋੜਾਂ ਰੁਪਏ ਦਾ ਉਦੋਂ ਕਰਜ਼ ਚੜਿਆ ਸੀ ਸਾਡੇ ਪੰਜਾਬ ਤੇ ਉਹ ਅੱਜ ਤੱਕ ਵੀ ਸਾਡੇ ਤੋਂ ਲਿਆ ਨਹੀਂ ਉਹ ਵਾਧਾ 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 ਅੱਜ 3.25 ਲੱਖ ਕਰੋੜ ਰੁਪਇਆ ਹੋ ਗਿਆ ਕਿਉਂਕਿ ਉਸ ਪੰਜਾਬ ਦੇ ਅੱਤਵਾਦ ਨੂੰ ਦੂਰ ਕਰਨ ਵਾਸਤੇ ਬਾਅਦ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਮੈਨੂੰ ਯਾਦ ਹੈ ਤੇ ਸਾਰੀਆਂ ਪਾਰਟੀਆਂ ਛੱਡ ਕੇ ਕਈ ਵਾਰੀ ਕਾਂਗਰਸ ਨੂੰ ਕਈ ਸਾਥੀ ਮਾੜਾ ਤਾਂ ਕਹਿ ਦਿੰਦੇ ਹੈ ਅੱਤਵਾਦੀਆਂ ਨੇ ਕਿਹਾ ਅੱਤਵਾਦੀ ਤੇ ਹਿੰਦੂ ਭਰਾ ਛੱਡ ਛੱਡ ਕੇ ਦਿੱਲੀ ਚਲੇ ਗਏ ਕੋਈ ਦਿੱਲੀ ਚਲਾ ਗਿਆ ਕੋਈ ਹਰਿਆਣੇ ਚਲਾ ਗਿਆ ਕਿਉਂਕਿ ਨਾ ਕੋਈ ਵਿਆਹ ਚੱਲਣ ਦਿੰਦਾ ਸੀ ਨਾ ਕੋਈ ਘੋੜੀ ਤੇ ਚੜ੍ਹਨ ਦਿੰਦਾ ਸੀ ਕਈਆਂ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਵੀ ਆਪਦਾ ਭੇਸ ਭੂਸਾ ਵੀ ਬਦਲੋ ਤੇ ਇਸ ਕਰਕੇ ਕਈ ਕਾਰੋਬਾਰੀ ਇਸ ਪੰਜਾਬ ਤੋਂ ਛੱਡ ਕੇ ਦਿੱਲੀ ਤੇ ਹੋਰ ਕਸਬਿਆਂ ਚ ਸ਼ਿਫਟ ਹੋ ਗਏ ਸੀ ਮੈਂ ਨਿੱਕਾ ਜਿਹਾ ਸੀ ਤੇ 95 ਚ ਤੁਸੀਂ ਇੱਥੇ ਬਾਈ ਇਲੈਕਸ਼ਨ ਵੀ ਵੇਖਿਆ ਸਵਰਗੀਆ ਸਰਦਾਰ ਬੇਅੰਤ ਸਿੰਘ ਅਕਾਲੀ ਦਲ ਭੱਜ ਗਿਆ ਕਿਉਂਕਿ ਮੌਤ ਤੋਂ ਡਰਦਾ ਸੀ ਅਕਾਲੀ ਦਲ ਮੈਂ ਕਿਸੇ ਦੀ ਬਦਨਾਮੀ ਨਹੀਂ ਕਰਨ ਆਇਆ ਇੱਥੇ ਅੱਤਵਾਦੀਆਂ ਨੇ ਕਿਹਾ ਜੇ ਤੁਸੀਂ ਲੜੇ ਤੇ ਤੁਹਾਡੇ ਮੁੰਡੇ ਲੜੇ ਅਸੀਂ ਗੋਲੀ ਮਾਰ ਦਿਆਂਗੇ ਨਾ ਕੋਈ ਹੋਰ ਪਾਰਟੀ ਲੜੀ ਨਾ ਕੋਈ BJP ਨਾ ਆਮ ਆਦਮੀ ਪਾਰਟੀ ਨਾ ਕੋਈ ਹੋਰ ਤੇ ਕਾਂਗਰਸੀ ਬੰਦਿਆਂ ਨੇ ਬੀੜਾ ਚੱਕਿਆ ਤੇ 2-2 ਹਜ਼ਾਰ ਵੋਟਾਂ ਦੇ ਨਾਲ MLA ਬਣੇ ਤੇ ਸਰਦਾਰ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਕਿਉਂਕਿ ਮੌਤ ਤੋਂ ਡਰ ਲੱਗਦਾ ਸੀ ਕਦੀ ਕਾਂਗਰਸ ਲੜੀ ਬਾਏ ਚਾਰ ਚ ਜਿੱਤੇ ਆਪਾਂ ਵੀ ਇੱਥੇ ਜਿੱਤੇ ਸੀ ਉਦੋਂ ਬਾਅਦ ਵਿੱਚ ਪ੍ਰਧਾਨ ਜੀ ਤੇ ਸਰਦਾਰ ਬੇਅੰਤ ਸਿੰਘ ਨੇ ਤਲੀ ਤੇ ਰੱਖ ਕੇ
ਪੰਜਾਬ ਦੀ ਖਬਰ ਆਉਂਦੀ ਸੀ ਫਲਾਨੀ ਥਾਂ ਤੇ ਬੱਸ ਤੋਂ ਲਾ ਕੇ 180 ਹਿੰਦੂ ਫਲਾਨਿਆਂ ਨੂੰ ਮਾਰਤਾ। ਇੱਕ ਦਿਨ ਮੈਂ ਵਿਧਾਨ ਸਭਾ ਚ ਕਿਹਾ ਇੱਕ ਬੰਦੇ ਦਾ ਨਾਂ ਨਹੀਂ ਲੈਣਾ, ਐਮਐਲਏ ਸੀਗਾ, ਉਹ ਮੈਨੂੰ ਕੁਝ ਕਹਿਣ ਲੱਗਿਆ। ਮੈਂ ਕਿਹਾ ਯਾਰ ਤੁਸੀਂ ਤਾਂ ਹਿੰਦੂਆਂ ਦੇ ਗਲੇ ਵੱਢਦੇ ਰਹੇ ਹੋ। ਕਹਿੰਦਾ ਹਾਂ ਅੱਤਵਾਦੀ ਸੀ। ਮੈਂ ਕਿਹਾ ਤੂੰ ਸਾਬਕਾ ਅੱਤਵਾਦੀ ਹੈ, ਇਹ ਰਿਕਾਰਡਿੰਗ ਆ ਮੇਰੀ ਵਿਧਾਨ ਸਭਾ। ਤੇ ਬੇਅੰਤ ਸਿੰਘ ਨੇ ਬੰਬ ਨਾਲ ਉੱਠ ਗਿਆ, ਬੇਅੰਤ ਸਿੰਘ ਬੰਬ ਨਾਲ ਜਿਥੜੇ ਜਿਥੜੇ ਉੱਠ ਗਏ ਸਰਦਾਰ ਬੇਅੰਤ ਸਿੰਘ ਨੇ। ਤੇ ਹੱਸਦਾ ਵੱਸਦਾ ਪੰਜਾਬ ਦੁਬਾਰੇ ਇਹਨਾਂ ਮੰਡੀਆਂ ਚ ਰੌਣਕ ਲੱਗਣ ਲਈ। ਕਮੀਆਂ ਸਾਡੇ ਚ ਵੀ ਹੈ, ਕਾਂਗਰਸ ਪਾਰਟੀ ਚ ਵੀ ਕਮੀਆਂ ਸਨ, ਲੇਕਿਨ ਆਹ ਪਾਰਟੀ ਜਿਹੜੀ ਬਣਾਤੀ, ਤੁਸੀਂ ਕਈ ਲੋਕ ਸਾਡੇ ਤੋਂ ਦੁਖੀ ਸਨ ਕਿ ਅਕਾਲੀ ਦਲ ਕਾਂਗਰਸ, ਅਕਾਲੀ ਦਲ ਕਾਂਗਰਸ। ਤੇ ਬਦਲਾਵ ਦੇ ਰੂਪ ਦੇ ਵਿੱਚ ਬਦਲਾਵ ਆਇਆ, ਤੇ ਐਸਾ ਬਦਲਾਵ ਆਇਆ, ਇਹ ਤਾਂ ਹਜੇ ਚੋਰੀਆਂ ਹੀ ਹੋ ਰਹੀਆਂ। ਹਜੇ ਤੁਸੀਂ ਚੰਗੇ ਹੋ, ਮੋਗੇ ਜਾ ਕੇ ਪੁੱਛ ਕੇ ਆਓ, ਨਕੋਦਰ ਪੁੱਛ ਕੇ ਆਓ, ਆਡਨ ਸ਼ਹਿਰਾਂ ਚ ਪੁੱਛ ਕੇ ਆਓ। ਕੱਲ ਇੱਕ ਸੇਠ ਆਇਆ ਸੀ ਤਲਵੰਡੀਓ, ਪੂਰਾ ਨਾਂ ਮਿਊਂਸੀਪਲ ਕਮੇਟੀ ਤਲਵੰਡੀ ਦਾ ਪ੍ਰਧਾਨ ਲੈ ਕੇ ਆਇਆ ਸੀ। ਪੁੱਛ ਲਿਓ ਟੈਲੀਫੋਨ ਕਰਕੇ, ਤੇ ਪੱਤਰਕਾਰ ਸਾਥੀਓ ਜਰਾ ਤੁਸੀਂ ਵੀ ਪੁੱਛ ਲਿਓ। ਉਹਦੇ ਕੋਲੇ ਤਿੰਨ ਕਦਮ ਦਿੱਤੇ ਸੀ ਸਰਕਾਰ ਦੇ, ਕਾਰੋਬਾਰੀ ਹੈ, ਤੇ ਕੱਲ ਇੱਕ ਰਹਿ ਗਿਆ। ਉੱਥੇ ਐਸਐਸਪੀ ਸਾਹਿਬ ਆਏ, ਉਹਨੇ ਦੂਜਾ ਲੈ ਲਿਆ, ਪਹਿਲਾਂ ਇੱਕ ਲੈ ਲਿਆ ਸੀ, ਫਿਰ ਦੂਜਾ ਲੈ ਲਿਆ। ਐਫਆਈਆਰ ਹੋਈ ਵੀ ਆ, ਉਹ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ, ਪੁਲਿਸ ਨੇ ਐਫਆਈਆਰ ਦਰਜ ਕੀਤੀ ਆ, ਉਹ ਕਹਿੰਦੇ ਤੈਨੂੰ ਮਾਰਨਾ, ਕਹਿੰਦੇ ਤੈਨੂੰ ਮਾਰਨਾ, ਭੱਜਣਾ ਜਿੱਥੇ ਭੱਜਣਾ, ਰੱਖ ਲਾ ਜਿਹੜੇ ਗਨਮੈਨ ਰੱਖਣੇ, ਮਾਰਨਾ। ਚੰਗਾ ਸੇਠ ਆਦਮੀ, ਉਹ ਮੈਨੂੰ ਕਹਿੰਦਾ ਇਹਨਾਂ ਨੇ ਗਨਮੈਨ ਵੀ ਵਾਪਸ ਲੈ ਲਏ। ਮੈਂ ਫਿਰ ਆਈਜੀ ਪਰਮਾਰ ਨੂੰ ਫੋਨ ਕੀਤਾ, ਅੱਜ ਉਹਨੇ ਮਿਲ ਜਾਣਾ ਸੀ। ਕਹਿਣ ਦਾ ਮਤਲਬ ਅਜੇ ਚੋਰੀ ਹੋ ਰਹੀ ਹੈ, ਕਿਸੇ ਨੂੰ ਮਾਰਿਆ ਨਹੀਂ। ਸ਼ੁਕਰ ਹੈ ਬਾਬਾ ਗੰਗਾ ਰਾਮ ਜੀ ਦੀ ਇੱਥੇ ਮਿਹਰ ਹੈ ਕਿ ਹਜੇ ਕੋਈ ਐਸਾ ਭਾਣਾ ਨਹੀਂ ਵਾਪਰਿਆ। ਇਹ ਹਾਲਾਤ ਹੈ ਮੰਡੀਆਂ ਦੇ ਵਿੱਚ, ਤੇ ਕਈ ਮੰਡੀਆਂ ਵਾਲੇ ਚੋਰੀ ਚੋਰੀ ਪੈਸੇ ਦੇ ਆਉਂਦੇ ਹੈ, ਟੈਲੀਫੋਨ ਆ ਰਿਹਾ, ਤੇ ਚੁੱਪ ਚੁਪੀਤੇ ਸਿਆਣੇ ਸੇਠ ਵਿਚਾਰੇ 5-10 ਲੱਖ ਰੁਪਇਆ ਦੇ ਆ ਰਹੇ ਹੈ, ਕਿਉਂਕਿ ਨਕੋਦਰ ਕੱਪੜਾ ਵਪਾਰੀ ਮਾਰਿਆ। ਮੋਗੇ ਸਾਹਮਣੇ ਦਿਨ ਦਿਹਾੜੇ ਸਿਉਣੀ ਦੀ ਦੁਕਾਨ ਲੁੱਟ ਕੇ ਲੈ ਗਏ, ਤੇ ਉਹਨੇ ਬੰਦ ਕਰਤਾ ਗਏ, ਤੇ ਉਹਨੂੰ ਪਿਸਤੌਲ ਨਾਲ ਮਾਰਿਆ। ਪੀਜ਼ਾ ਹੱਟ ਲੁੱਟ ਲਈ ਯਾਰ, ਪੁਲਿਸ ਨੂੰ ਸ਼ਰਮ ਨਹੀਂ ਆ ਰਹੀ। ਜੇ ਲੋਕ ਪੀਜ਼ੇ ਦੀਆਂ ਦੁਕਾਨਾਂ ਤੇ ਪੈ ਗਏ ਮੁਕਸਰ, ਤੇ ਛੋਟੀਆਂ ਛੋਟੀਆਂ ਦੁਕਾਨਾਂ ਨੂੰ ਪੈ ਗਏ, ਤੇ ਪਤਾ ਨੀ ਪੁਲਿਸ ਵਿਅਸਤ ਕਿੱਥੇ ਹੈ। ਮੇਰੇ ਕਹਿਣ ਤੋਂ ਭਾਵ ਹੈ ਬਦਲਾਵ ਆਇਆ, ਇਹ ਬਦਲਾਵ ਆਇਆ ਪੰਜਾਬ ਦੇ ਲੋਕ। ਮੈਨੂੰ ਨੀ ਲੱਗਦਾ 5 ਸਾਲਾਂ ਚ ਮੈਂ ਇੰਨੇ ਸੇਠ ਮੰਡੀ ਦੇ ਇਕੱਠੇ ਕਿਤੇ ਧਰਨੇ ਚ ਵੇਖੇ ਨੀ ਮਗਰਲੇ 5-10 ਸਾਲਾਂ ਕਦੇ ਨੀ ਵੇਖਿਆ। ਜਦੋਂ ਅਸੀਂ ਧਰਨਾ ਲਾਉਣੇ ਸਾਰੇ ਪੱਗਾਂ ਵਾਲੇ ਹੁੰਦੇ ਆ, ਕਿਹੜਾ ਮਤਲਬ, ਕਿਉਂਕਿ ਜਿਹੜਾ ਹਿੰਦੂ ਭਰਾ ਹੈ ਉਹ ਬੋਲਦਾ ਘੱਟ ਹੈ, ਉਹ ਬੋਲਦਾ ਨਹੀਂ ਹੈ। ਉਹਦੀਆਂ ਅੱਖਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਹਿੰਦੂ ਭਰਾ ਨੂੰ ਤਕਲੀਫ ਕਿੰਨੀ ਹੈ। ਸਾਡੇ ਵਰਗੇ ਤਾਂ ਬੋਲ ਲੈਂਦੇ ਸਟੇਜਾਂ ਤੇ, ਪਿੰਡਾਂ ਵਾਲੇ ਬੋਲ ਲੈਂਦੇ, ਹਿੰਦੂ ਭਾਈਚਾਰਾ ਬੋਲਦਾ ਨਹੀਂ ਹੈ, ਮਹਿਸੂਸ ਕਰਦਾ ਹੈ। ਅੱਜ ਗਿੱਦੜਬਾ ਨਹੀਂ, ਕੱਲ ਸਾਰੇ ਪੰਜਾਬ ਦਾ ਹਿੰਦੂ ਭਾਈਚਾਰਾ ਮਹਿਸੂਸ ਕਰ ਰਿਹਾ ਕਿ ਸਾਡੇ ਨਾਲ ਹੋ ਕੀ ਰਿਹਾ। ਆ ਹੁਣ ਡਿਪਟੀ ਸਾਹਿਬ ਇੱਥੇ ਆਏ ਹੈ, ਚਲੋ ਮੇਰੇ ਤਾਂ ਜਾਣਕਾਰ ਵੀ ਹੈ, ਮੈਨੂੰ ਪਤਾ ਹੀ ਨਹੀਂ ਪੁਲਿਸ ਵਿਅਸਤ ਕਾਹਦੇ ਚ ਹੈ, ਕਾਹਦੇ ਚ ਵਿਅਸਤ ਹੈ ਪੁਲਿਸ। ਪੰਜਾਬ ਪੁਲਿਸ ਦਾ ਜਿੰਨਾ ਮਾੜਾ ਹਾਲ ਹੈ, ਇਹ ਮਾਰਸ਼ਲ ਪੁਲਿਸ ਹੁੰਦੀ ਸੀ, ਇਹਨਾਂ ਨੇ ਰਾਜੇ ਵੜਿੰਗ ਵਰਗੇ ਨੂੰ ਫੜਨਾ ਹੋਵੇ ਤਾਂ ਰਾਤ ਨੂੰ ਫੜ ਲੈਣਗੇ, ਰਾਤ ਨੂੰ ਫੜ ਲੈਣਗੇ। ਉਹ ਸਾਡੇ ਲੀਡਰ ਤਾਂ ਸਾਰੇ ਤੁਰੇ ਫਿਰਦੇ, ਜਿਹਨੂੰ ਫੜਨੇ ਫੜ ਲਓ, ਲੇਕਿਨ ਫੜੋ ਤਾਂ ਲੋਰੈਂਸ ਬਿਸ਼ਨੋਈ ਵਰਗਿਆਂ ਨੂੰ ਜਿਨ੍ਹਾਂ ਨੇ ਇੰਟਰਵਿਊ ਦਿੱਤੀਆਂ, ਇਹਨਾਂ ਨੂੰ ਹਜੇ ਤੱਕ ਇਹ ਨੀ ਪਤਾ ਲੱਗਿਆ ਉਹ ਮੂਸੇਵਾਲਾ ਮਾਰਤਾ ਵੀ ਇੰਟਰਵਿਊ ਜੇਲ੍ਹ ਚ ਹੋਈ ਹੈ ਕਿ ਬਾਹਰ। ਪਤਾ ਹੈ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ, ਪਤਾ ਇਹਨਾਂ ਨੂੰ।
हाई कोर्ट पुछी जांदा है फिर दस नहीं पा रहे, फिर इन्हों तो मैं फड़िया ही कुछ नहीं गया। दिल्ली आले फड़दे आ, दिल्ली आले वो दिल्ली आले फड़ के इत्थे लिआउंदे आ, फिर भजा दिंदे आ, फिर फड़ के लिआउंदे आ। ते जिहड़ा चलान कटना होवे गिदड़ आले दा, कहणगे सिट्ठा मारूंगा तेरे मुंह ते थपड़े लिया ओए, ते चोरां वेली थले करी जांदे आ सुसु। ਜਦੋਂ ਕਿਸੇ ਦਾ ਹੈਲਮਟ ਦਾ ਕੱਟਣਾ ਹੋਵੇ, ਆ ਜਿਹੜਾ ਇਹਨਾਂ ਦਾ ਪੁਲਿਸ ਕਰਮਚਾਰੀ ਸਾਡਾ ਭਰਾ ਹੈ, ਇਹ ਥੱਪੜ ਮਾਰ ਤੱਕ ਜਾਂਦਾ, ਜਾਂ ਫਿਰ ਬਟੂਏ ਨੂੰ ਹੱਥ ਪਾ ਲਓ ਤੁਸੀਂ। ਜੇ ਬਟੂਏ ਨੂੰ ਪਾ ਲਓਗੇ ਤਾਂ ਫਿਰ ਛੇੜਦਾ ਨੀ। ਮੈਨੂੰ ਪਤਾ ਹੈ ਕਿੰਨੇ ਚਲਾਨ ਕੱਟੇ ਜਾ ਰਹੇ ਹੈ ਸ਼ਹਿਰ ਦੇ ਵਿੱਚ, ਲੁੱਟ ਮਚਾਈ ਵੀ ਹੈ ਮਾਰਿਆ ਸ਼ੇਰਾਂ ਨੇ, ਪਰ ਕਿਸੇ ਨੇ ਚੋਰ ਨੂੰ ਨੀ ਫੜਨਾ। आदरणीय डिप्टी साहब, आदरणीय डीएसपी साहब जी, हुण इन्हां नूं कोई चोर नूं फड़दा की उपराला है महाराज? नहीं भाई जी, लुट्टण नूं पैगे जमे। सानू थोड़िया वर्दियां ते बड़ा माण है, असी थोड़े वर्दियां ते माण है, फखर महसूस करदे हां थोड़े पिल्लियां ते, पर हुण इन्हां दे कोले कोई जवाब नहीं है। ये जमा मरदे आए, नशा बंद करना सी कहिंदे सी, इहदा जी कांग्रेस वकाउंदी है, फलाने वकाउंदे है, छड्डो परे नशा, खसमां नूं खा गया नशा, हुण तां साडी जान दी पई है। ते कृपा करके इन्हां दीआं चोरियां दा कोई जिम्मेदार बनेगा नहीं बनेगा? पंज सालां च किसे ने प्लाट टेक अप जाणी हुण दित्ता? कांग्रेस दा राज रहा 15 साल, ਧੜਾਧੜੀ ਰੋਜ ਹੁੰਦੇ ਆ ਜੀ, ਦੇਖੋ ਜਾ ਕੇ 10 ਸਾਲ। ਮੈਂ ਹੁਣ 11ਵੇਂ ਸਾਲ ਚ 12ਵੇਂ ਚ ਆ ਗਏ, ਕੋਈ ਬੰਦਾ ਮੰਡੀ ਦਾ ਖੜਾ ਹੋ ਕੇ ਕਹਿ ਦੇ ਇਸ ਤਰ੍ਹਾਂ ਨਹੀਂ ਕੋਈ ਚੋਰੀ, ਤਾਂ ਸਾਡੇ ਵੇਲੇ ਵੀ ਕੋਈ ਟਾਵੀ ਟਾਵੀ ਹੋ ਜਾਂਦੀ ਸੀ, ਪਰ ਫੜ ਲਿਆਂਦੇ ਸੀ, ਅਸੀਂ ਇਹ ਨਹੀਂ ਕਹਿੰਦੇ। ਪਰ ਹੁਣ ਤਾਂ ਨਾ ਕੋਈ ਫੜਦਾ ਨਾ ਫੜਾਉਂਦਾ ਡਿਪਟੀ ਸਾਹਿਬ, ਨਾ ਕੋਈ ਇਹ ਮਹਿਸੂਸ ਕਰਦਾ, ਨਾ ਕੋਈ ਇਹ ਭਾਈਚਾਰੇ ਵਾਲੇ ਮਹਿਸੂਸ ਕਰਦੇ ਆ ਵੀ ਡਿਪਟੀ ਸਾਹਿਬ ਨੇ ਬਹਿ ਕੇ ਸਾਡੇ ਨਾਲ ਮੀਟਿੰਗ ਕਰ ਲਈ, ਸਾਨੂੰ ਤਸੱਲੀ ਕਰਾਤੀ ਤੇ ਅਸੀਂ ਇਹ ਠੀਕ ਕਰ ਦਿਆਂਗੇ। ਦੱਸੋ ਜੀ ਵੀ ਕੀ ਟਰੇਸ ਕੀਤਾ, ਦੱਸੋ ਵੀ ਕੋਈ ਚੋਰੀਆਂ ਫੜ ਲਈਆਂ? ਕੋਈ ਫੜੀ ਨਹੀਂ ਜੀ, ਮੇਰੀ ਦੁਕਾਨ ਦੇ ਚੋਰੀਆਂ ਦਾ ਧੜਾ ਤਾਂ ਵਧੀ ਜਾਂਦਾ, ਅੱਜ ਤੱਕ ਕੋਈ ਸਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ, ਨਹੀਂ ਹੋਈ ਦਰਜ ਹੋਇਆ ਜੀ, ਕੋਈ ਫਾਇਦਾ ਨਹੀਂ ਹੋਈ, ਕੱਚੇ ਗਾਲ ਲਿਖਤਾ ਗਿਆ, ਧੜਾ ਧੜ ਕਬਜ਼ੇ ਹੋਈ ਜਾਂਦੇ ਜੀ, ਤਰਾਈ ਤਰਾਈ ਮੱਚੀ ਪਈ ਆ ਜੀ, ਕੋਈ ਸੁਣਵਾਈ ਨਹੀਂ ਕਿਸੇ ਦੀ, ਕੋਈ ਸੁਣਵਾਈ ਨਹੀਂ, ਸਾਰਾ ਸ਼ਹਿਰ ਚ ਡਰ ਦਾ ਮਾਹੌਲ ਆ ਜੀ। ਮੁੱਖ ਮੰਤਰੀ ਵੀ ਸਾਹਿਬ ਕਹਿੰਦੇ ਕਹਿੰਦੇ ਗੋਲੀ ਮਾਰ ਦਿਆ ਕਰੋ, ਮੈਨੂੰ ਬਾਈ ਕਹਿੰਦੇ ਜੇ ਕੋਈ ਚਲਿਆ ਗਿਆ ਤਾਂ ਫਿਰ ਇਹ ਆਖੇ ਚੇਨੀ ਚੋਰ ਜਾਂ ਫਲਾਨਾ ਚੋਰ, ਉਹਦੇ ਪੈਰ ਚ ਵਜੀ ਲੈ ਮਾਰੋ, ਅਸੀਂ ਤੁਹਾਡੇ ਨਾਲ ਹੈ, ਸਾਰੇ ਤੁਹਾਡੇ ਹੱਕ ਚ ਦੇਵਾਂਗੇ ਗਵਾਈ। ਪੰਜਾਂ ਸੱਤਾਂ ਦੇ ਪੱਟ ਤੋੜ ਕੇ ਪਾਏ ਹੋਣ, ਪੰਜਾਂ ਸੱਤਾਂ ਦੇ ਗਿੱਦੜ ਚ ਮਾਰੀ ਹੋਵੇ, ਗਿੱਦੜਵੇ ਨੂੰ ਮੂੰਹ ਨਹੀਂ ਕਰਦਾ ਅਗਲਾ, ਕਹਿੰਦਾ ਖਤਰਨਾਕ ਡੀਐਸਪੀ ਬੈਠਾ ਉੱਥੇ, ਪਰ ਪੁਲਿਸ ਦਾ ਢੇਲਾ ਵੀ ਡਰ ਨਹੀਂ ਹੈ। ਮੈਂ ਦੱਸਾਂ ਤੁਹਾਨੂੰ ਸਾਹਿਬ, ਆਹੀ ਹੈ ਵੀ ਜਿੰਨਾ ਨੇ ਸਾਡੇ ਤੇ ਪਰਚਾ ਦਿੱਤਾ ਉੱਧਰ ਦਿੱਤਾ, ਉਹਨੂੰ ਫੜ ਲਿਆ, ਸਰਕਾਰ ਨੇ ਕਹਿੰਦਾ ਉਹਨੂੰ ਫੜ ਲਿਆਓ, ਉਹਦੀ ਬੇਇੱਜ਼ਤੀ ਕਰ ਦਿਓ, ਸ਼ੈਲਰ ਵਾਲੇ ਨੇ ਸ਼ੈਲਰ ਦੇ ਬਾਅਦ ਚ ਧਰਨਾ ਲਾਤਾ ਤੇ ਇਹਦੇ ਤੇ ਪਰਚਾ ਕਰਦੇ ਹੋ, ਕੋਈ ਗੱਲ ਹੈ ਯਾਰ? 5 ਸਾਲ ਸੀ, ਕਿਸੇ ਪਟਾਕੇ ਵਾਲੇ ਤੋਂ ਪੈਸੇ ਨਹੀਂ ਲਏ, ਲਏ ਬਈ ਕਿਸੇ ਪਟਾਕੇ ਵਾਲੇ ਤੋਂ, ਕਿਸੇ ਪੁਲਿਸ ਵਾਲੇ ਨੇ ਪੈਸੇ ਡਿਪਟੀ ਸਾਹਿਬ ਮੇਰੀ ਇਹ ਬਿੰਦਾ ਨਾ, ਮੇਰੀ ਇਹ ਬੇਨਤੀ ਹੈ, ਤੁਸੀਂ ਡੀਐਸਪੀ ਹੋ ਤੇ ਨਾ ਨਾ ਇੱਕ ਮਿੰਟ ਬਈ, ਮੈਂ ਐਮਐਲਏ ਆ, ਇਹਨਾਂ ਨੇ ਤੁਹਾਨੂੰ ਗਾਲਾਂ ਕੱਢਣੀਆਂ ਤੇ ਮੈਨੂੰ ਗਾਲਾਂ ਕੱਢਣੀਆਂ, ਤੁਸੀਂ ਉਸ ਪੋਸਟ ਤੇ ਬੈਠੇ ਹੋ, ਹੁਣ ਰਾਜਾ ਵਰਿੰਗ ਨਾ ਵੀ ਆਉਂਦਾ ਇਸ ਧਰਨੇ ਚ ਤਾਂ ਕੀ ਹੋ ਜਾਂਦਾ? ਮੈਨੂੰ ਇਹ ਗੱਲ ਇਸ ਕਰਕੇ ਮੈਂ ਆਇਆ ਕਿ ਗਿੱਦੜ ਵਾਲੇ ਕਹਿਣਗੇ ਅੱਜ ਲੋੜ ਸੀ, ਅੱਜ ਰਾਜਾ ਵੜਿੰਗ ਕਿੱਥੇ ਹੈ, ਅਸੀਂ ਇਹਨੂੰ ਐਮਐਲਏ ਬਣਾਇਆ, ਅਦਰਵਾਈਜ਼ ਤਾਂ ਕੱਲ ਨੂੰ ਵੱਡਾ ਧਰਨਾ, ਮੈਂ ਤਾਂ ਉੱਥੇ ਚੱਲਿਆ 15,000 ਬੰਦੇ ਦਾ, ਇਸ ਗਿੱਦੜਵਾ ਚ ਤਾਂ ਮੈਂ ਆਮ ਵਰਕਰ ਹੀ ਹਾਂ, ਤੇ ਤੁਹਾਨੂੰ ਲੜਨਾ ਅਗਲਿਆਂ ਨੇ ਗੁੱਸੇ ਚ, ਕਿਹਨੂੰ ਲੜਨਾ? ਪੰਨੂ ਸਾਹਿਬ ਤੁਹਾਨੂੰ ਲੜਨਾ, ਮੈਨੂੰ ਲੜਨਾ, ਤੁਹਾਨੂੰ ਬੰਦਾ ਬੋਲਣਾ, ਮੈਨੂੰ ਬੋਲਣਾ, ਤਪੇ ਸਾਰੇ ਪੁਲਿਸ ਵਾਲਿਆਂ ਨੂੰ ਬੋਲਣਗੇ ਵਿਚਾਰੇ, ਇਹਨਾਂ ਦਾ ਐਸਐਚਓ ਦਾ ਮੇਰਾ ਖਿਆਲ 5 ਦਿਨ ਪਹਿਲਾਂ ਹੁਣ ਨਵਾਂ ਆਇਆ, ਪਹਿਲਾਂ ਬਦਲਿਆ, ਕਿਉਂ ਪਤਾ ਕਿਉਂ ਬਦਲਿਆ? ਜਿਹੜੀ ਬੀਬੀ ਸੀ ਆਹ ਮੰਤਰੀ, ਆਪਣੀ ਬੀਬੀ ਦੇ ਪੀਏ ਦਾ ਫੋਨ ਆਇਆ ਸੀ, ਉਹ ਐਸਐਚਓ ਨੂੰ ਆਵਾ ਤਵਾ ਬੋਲਦਾ ਸੀ, ਡਰਦੇ ਦੱਸਦੇ ਨੀ ਪੰਨੂ ਸਾਹਿਬ ਨੀ,
उन्हें रप्ट पाती, रप्ट पाती पुछ लो ये मीडिया ने दस्या कि नहीं उन्हें रप्ट पाती। जो रप्ट पाती तो मंत्री कहने बदल, वो कोई गलत काम वास्ते कह रहा, वो कहता भी मैं नहीं बदलता भी इन बदलो। फिर एस एस पी की शिकायत करती विधानसभा च, जिहड़ा भगीरथ मीना है तेरी शिकायत करती, समण कर ले ते समण कर ले, उन्होंने एस एच ओ पर घाटा। ये है बदलाव, जिहड़े कहते सी असीं गनमैन नहीं लवांगे, असीं कोठी नहीं लवांगे, असीं सादे रवांगे, साडे राज देखियो। सो मेरे कहन का मतलब फन्नू साहब इत्थे जिम्मेवारी थोड़ा फर्ज बनता है, मेरा फर्ज बनता है। ये दसो भी असीं इन्ने दिनां च चोरियां ट्रेस करके देंगे, अज तो बाद चोरी नहीं होएगी, मोटरसाइकिल ते थोड़े बंदे दिन रात तुरे फिरन गलियां च, ते जे कले नाके ला के कले चलान ही कटने हैं, हैलमेट का करता ते तीन सवारियां का करता ते फिर हरे नंद है। इन्हां दी तसल्ली है, कोई शहरी दुकान बंद करके राजी नहीं। मैं इन्ने प्रोग्राम किते, 10-12 शहरी आउंदे आ, वोटां मैनू सारे पा दिंदे दुकान च बैठे, पर दुकान नहीं बंद करदा हुंदा ना ही साडे प्रोग्राम च आउंदा, चुप चपीते करदा। ये जमा दुखी होए मरे, अज सारिया पार्टियां दे आगू इत्थे बैठे है, चाहे वह अकाली है, चाहे कांग्रेसी है, चाहे कोई है, क्योंकि सारा भाईचारा। वो चलो कोई नहीं, आप वाले की भी गलती होगी, आप वाले तो पता ही कोई नहीं सी, पतंत्र झाड़ू नहीं पैती वोटा, पता खेड़ा सी, एक तुसी भेजे इधर उधर तो मेरे कहने का मतलब है बंदा कोई नहीं सी, इन्हों तो गलती हो। पर डीएसपी साहब मेरी बेनती है, कोई दुश्मनी नहीं थोड़े नाल, कोई रौला नहीं गा, पर जिम्मेवारी कस्टोडियन तुसी हो ते राजा बनेगा, बींग ए पुलिस लॉ एंड ऑर्डर तुसी मेंटेन करना है, तुसी वड्डे हो। सो इन्हां नूं विश्वास दवा दिओ, जो तुसी विश्वास दवा दोगे ट्रेस कर दिओ चोरियां, कोई 10 दिन का टाइम ले लो, हुण 4.5 लाख की टूई कटा के आओ बैठा साडा बहु, किसी की पहुंच ही 4.5 लाख है, 3 लाख है, 2 लाख है, एरा कोई मुकम्मल इन्हां चीजां का कोई मुकम्मल हल कर दो। मैं एस एस पी नाल भी गल कर लेना हुणे इत्थे तुहाडे सामने, उन्हां नूं जे फोर्स घट है थाने दे विच किरपा करके फोर्स ले लो, मोबाइल बंदे मोटरसाइकिल ते जे दिन रात दे ला दोगे तो चोरियां नहीं होणगियां। कोई इस तरह का पेट्रोलिंग करो ता जो नाके लाओ ते जिहड़ा फड़ दो ओनू जिवें तुसी सारा कुछ जानते जे करना हो, दो मिनटां च बंदे दा जहाज बना दिंदे जे करना हो, पर जे राधर जहाज बना के उठे दो किसी ने पट तोड़े हो अगला चोर आउंदा नहीं गा मुड़ के, ते चोर दे नाल जे तुहाडे नाल कोई गल करेगा असीं सारे जने थोड़ा नाल खड़े होके साथ देंगे भी आ जी ठीक किया साडे डीएसपी ने। एक दो दे गिटे तोड़ दिओ, एक अद्धा दे मार गिटे तोड़, अखीरली वारी एक मुड़के एसपी बन जाने परू साहब, नहीं ठीक है कुछ करना तो पड़ेगा, करना पड़ेगा। जे पुलिस का दबका ही मुक गया तो फिर काम खत्म हो गया, फिर तो लोग घर चो चक के ले जाएंगे अपनी बुढ़िया। इस प्रकार के अलावा पुलिस का डर मुकता जाता है, बीजेपी भी चंगा आदमी सी गौरव यादव, पता नहीं की हो गया यार, सब ही सो इन्ना कतलेआम, रोज खबर चौंक दिराए, लॉ एंड ऑर्डर किसे नाम की कोई चीज नहीं पंजाब दे विच रही। सो मेरी बेनती है पन्नू साहब, धरना भाई मैं घंटा डूढ़ घंटा जाना है, अज रात तक मैं इत्थे ही हां, तड़के मेरा जगराऊं धरना है, ते मैं घंटा यीशू मसीह वालिआं दे प्रोग्राम है उन्हां नूं पहलां दा दित्ता विआ सी, आउण जाण करूंगा। जे तुसीं सारी रात बहना होया राजा बणेंगे पंजाब दा प्रधान, थोड़ा बंदा इत्थे सारी रात इत्थे रहूंगा, थोड़े नाल मेरा वादा है। जिन्ना चिकर आपां नूं विश्वास पंजाब दी पुलिस नहीं जताउंदी ते मुक्तसर दा एस एस पी नहीं विश्वास दिंदा, असीं आपदी गल ते कायम रहो, मैं थोड़े नाल हां। फैसला थोड़ा कई ये भी ना समझो भी बड़ेंगा है वे दुकानदारी बनाउंदा, थोड़ा इरादा है जान दा तां मैं थोड़े नाल ही जा बणूंगा, थोड़ा नहीं
कई बार ये नहीं होता यार, कई बंदे होंगे राजा वड़िंग का उंगल आंदा, मैं बिल्कुल नहीं, भावे भाई अद्धे घंटे नूं धरना चक लो ते भावे तीन दिन रखो, ये फैसला शहरियां दा है। मैं थोड़ा मगर कस्टोडियन बन के थोड़े मगर मगर लग्या मैं जरूर कहांगा कि जिन्ना चिर पंजाब की पुलिस घट्टो घट SSP ते डिप्टी साहब थानू यकीन सानू नहीं दोंदे उन्ना चिर साडा उठन का कोई हक नहीं है। हुण बह गए तां बह गए, ते जे इहनां दी गल च आपां नूं दम लगे ते विश्वास होण ते फिर तुसीं शहर दे पड़वंते आगू सारे आपका सलाह मशवरा कर लियो, जो मेरा सलाह नहीं चलूगी। हो सकता है तुसी कहो कि राजे वड़िंग ने गिटमेंट कर ली तो उठ खड़ो ना, सलाह चलूगी थोड़ी, थोड़े मुताबिक मैं थोड़े मगर लग के काम चल रहा। सो मेरी बेनती है इसे तरह, क्योंकि एक ही चीज बाल है, मैनू पता है असि तो यह रोज जद्दोजहद करते हैं, कई लगता होना दुकान खोलनी है नहीं खोलनी, फिर उठी प्या रहूगा। आपका भाईचारा जिन्ना चिर तुसी सारे कट्ठे हो तो फिर गल थोड़ी चुकावे, पांच बंदे जाते खा थाने थुलकने चल बाहर सिठा, असि हुण तेरी चोरी का ठेका रहा है, चोरी होगी तो हुण असि आपके कोलों दे दिए, जे कोई खपड़ जाता है पन्नू तो चंगा है, इस गलो इज्जत मान करता एवं आखीए पन्नू साहब एवं मुंह से भावे। हां इन्होंने औखे फूड़े भी चोरिया नहीं फड़ते, हां फुल औखे ना 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 ना, पर हां इज्जत मान लियो। पर ओही गल रामू वाली कहना हुंदा सी, कहना कई असि गुलाब जामुन खा के मोड़ दिंदे सी, उन्हां दा लक्का नहीं तोड़दे सी, कौवे करदा अपने पर मेरी बेनती है पन्नू साहब, बेनती है यकीन दवाओ शहरियां नाल थोड़ा SHO मीटिंग करे, तुसी मीटिंग करो, थोड़ा आपस विच सहचार होवे, तां इन्नी गल नौबत आउणी नहीं सी। ये जमा पानी दी उत्तों दी गया, मैं थोनू कहां मैं जोर लाला भी आ जाओ सारे शहरियों दुकाना बंद करके आप धरने से लाना, ये नहीं बहनगे वोटा मैं पा गए 90% मैनू शहर 90% राजे वड़िंग वोट पाँगा, पर धरने च नहीं आने, क्योंकि ये काम करने वाले बंदे दुखी हो मरे पे। तो मेरी बेनती है SSP साहब न गल कर लो, इन्हों माइक फट के इन्हों की तसली हो, पहला इन्हों पुछ भी लो, अगले तुम चाहते ना हूं माइक फट दें, अज तो साड़ी चलूगी पन्नू साहब उठे दफ्तर तो थोड़ी चलती, हाँ इन्हें तो तुम तेज है नहीं उधर इन्हें बह जूंगा बराब लू के ठालूंगा पुटना सो फैसला भाई तुम करना है। हाँ SSP साहब का भी फोन मिला यार, तीरथ भाई साहब मैं अमरिंदर सिंह राजा बोल रहा हूँ जी, MLA क्या हाल है भाई साहब? ठीक है आप भाई साहब, आई मस्ट टेल यू आर ऑन SSP साहब ऑन स्पीकर फोन, यहाँ पर दो तीन तीन 400 आपके पास फोटोएं आ जाएंगी, शहर का हिंदू इकट्ठा हुआ है गिदड़बा में, तो सारे हिंदू लोगों ने अपनी दुकानें बंद करके, और हिस्ट्री में आज से 12-15 साल की हिस्ट्री में मैंने ये 90% लोग मेरे को वोट डालते हैं, लेकिन एक भी कभी हिंदू मेरे धरने में नहीं आया, क्योंकि वोट डालते हैं, ये वोट डालते हैं, अपना चुपके से काम करते हैं, लेकिन धरने वरने में नहीं ये हिस्सा लेते। पहली बार मैंने गिदड़मा में ऐसा प्रदर्शन देखा है, तो ये बहुत दुखी साहब, ये साहब मैं यहाँ पर आया हूँ SSP साहब, अब आप मैंने कहा है कि हमें उम्मीद है पूरी आपसे SSP साहब से, ये आपकी जिम्मेदारी वो भी इनसे पूछ लूंगा मैं, क्योंकि आप ना ना बिकॉज कोई पेट्रोलिंग नहीं हो रही, लोगों के हेलमेट चलान ज्यादा काटे जा रहे हैं, चोर के पीछे कोई नहीं भाग रहा,
आप इनको विश्वास दिलाएंगे तो मेरे को लगता बात बन सकती है। आपके डिप्टी साहब पन्नू साहब भी नहीं, पर कईयों को तो जी दो दो महीने हो गए एसएसपी साहब। कितने हो गए? चोरी नहीं नहीं, अभी सात आठ चोरियां इकट्ठी हुई हैं, आज सात चोरी चार पांच। तो मैं आपकी इनके जो मेन एक दो बंदे होंगे, अगर जरूरत पड़ी तो आपसे फिर वो बात करा दूंगा। वो तो सुन ही रहे हैं। तो ठीक है साहब, मैं अभी दोबारा करूंगा आपसे। ये कहते असी दो चार पांच दिन च ट्रेस करा देंगे। बीजेपी ना भी गल करा, मेरा फोन दे। कब्जा वास्ते भी दस दें जी, त्राई त्राई मच्ची पई है जी। कोर्ट का स्टे भी लिया के देता जी, वह भी नहीं फड़िया जी प्रशासन ने साडे कोलों। प्लाट पीड़ित परिवार आज भी, सारे प्लाट पीड़ित परिवार आज जेड़ा इशू है ओरे ते काम करो। नहीं सारी है जी, नहीं वो आपा ओरा भी मैं बोलता है, पर यू टॉक अबाउट इशू फिर इशू डिलीट हो जांदा है। आजो पन्नू साहब आज और सुन लो, अभी तो सारा कुछ सुनू ही दसना जी। नहीं नहीं आपा रेडी है, पर ए इशू थोड़ा ए डिलीट हो जूगा जे और बंदे भाई वो पटवारी बदलया गया ना? कोई नहीं बदलया गया जी, 20000 रुपया रिश्वत लेके वो बैठा ही होगा। कहना मैनू हलाने वाला जम्मे ही नहीं कोई, इतने पैदा ही नहीं होया। कहना नहीं बदलिया गया जी, वो बैठा देख लो जी जाके। नहीं वो चार्ज नहीं लिया ना मेरे, नवे चार्ज लेना पैदा ना, जो पटवारी लगन को चार्ज चार्ज कटना पैदा। हम तो मगरों द्वारा आ गया, धमकियां दे जाता जी, चार धमकियां दिता। कहना हेलो अभी थोड़ा चुप का दान बख्शो, मैं बीजेपी ना गल करना कौन गया। गौरव जी क्या हाल है आपका? बीजेपी साहब, बीजेपी साहब साहब मैं ना एक धरने में बैठा हूँ गिद्दड़बा। हेलो साहब, डीजीपी साहब मैं जी एक धरने ते बैठा है गिद्दड़बा। सारे हिंदुआ ने सारा शहर बंद किया है जी साहब। उथे ना एक मिनट सुन लो साहब, चोरियां वोरियां बहुत हो रही है, बहुत ही माड़ा हाल है। भगीरथ जी ने कहा कहते असी ट्रेस करावांगे, तुसी प्लीज जे गल कर लोगे तो थोड़ा शहर आले नु विश्वास हो जूगा, इस करके धरना तुरना ही चक लेंगे। जी प्लीज साहब ये जरूरी है साहब। थैंक यू गौरव जी, थैंक यू। डीजीपी पंजाब गौरव यादव नु हेलो, डीजीपी पंजाब गौरव यादव नु क्या वो कहते मैं इंश्योर करूंगा स्पेशल टीमां बना के असी गिद्दड़बा दी देखभाल करांगे। करदे है कि नहीं करदे ए कल नु पता लगूगा। भगीरथ मीना जी ने कहा कि मैं इस गल दी इंश्योरेंस लैना कि मैं ये ट्रेस करूंगा। ये हुण तुसी वेखो भी करना की है। मैं घंटा जाके आना, उस तू बाद रात को इतने मूंगफलियां ते कच्चे खावांगे। ये ना हो पर मैं कला रह जा, तुसी उदों नच जांदे हो। मेरी तो गल पन्नू साहब कहते भी ट्रेस कर देंगे, थोनू आने की लोड़ नहीं, पर इन्हें नाल मेरे तो रात घरे कटनी है, इतने कट लूंगी, मेरा बल्ले बल्ले हो जू। लीडर नूं तां भीड़ चाहीदी है, लोग चाहीदे।
ਸੋ ਮੇਰੀ ਤਾਂ ਜਨਤਾ ਇੱਥੇ ਬੈਠੀ ਹੈ ਮੇਰੇ ਭਰਾ ਪਰ ਪਲੀਜ਼ ਤੁਸੀਂ ਐਸਐਸਪੀ ਸਾਹਿਬ ਨਾਲ ਪੰਨੂ ਸਾਹਿਬ ਗੱਲ ਕਰਕੇ 2 ਮਿੰਟ ਤੇ ਪਰ ਇਹਨਾਂ ਨੂੰ ਵੀ ਤਾਂ ਕੋਈ ਐਸਐਸਪੀ ਸਾਹਿਬ ਦਾ ਸੁਨੇਹਾ ਦਵਾ ਦਿਓ ਮਾਈਕ ਤੇ ਮਾੜਾ ਮੋਟਾ ਕਰਾ ਐ ਪਹਿਲਾਂ ਤਾਂ ਤੁਸੀਂ ਦੇਖੋ ਤੁਸੀਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ 1 ਮਿੰਟ ਇਹਨਾਂ ਨੂੰ ਮਾਈਕ ਤੇ ਗੱਲ ਕਰਾ ਦਿਓ ਚਲੋ ਦੱਸੋ ਲੋ ਭਾਈ ਜੀ ਕਿੰਨੇ ਲੋਕ ਕੋਈ 11-12 ਬੰਦੇ ਤੁਸੀਂ ਆਪਦਾ ਬਣਾ ਲਓ ਤੇ ਐਸਐਸਪੀ ਨੂੰ ਵੀ ਮਿਲ ਕੇ ਆਓ ਕਿ ਨਹੀਂ ਮਿਲਦਾ ਬੋਲੋ ਜੀ ਸਰ ਮਿਲ ਲੈਂਦੇ ਨਹੀਂ ਹੁਣ ਕੋਈ ਟਿੱਲੇ ਬਦਲ ਰੋ ਮੈਂ ਨਹੀਂ ਕਹਤਾ ਧਰਨਾ ਚੱਕੋ ਆਪਣੀ ਮਰਜ਼ੀ ਨਾਲ ਮੈਂ ਇਹ ਕਿਹਾ ਵੀ ਜਾ ਕੇ ਐਸਐਸਪੀ ਨੂੰ ਤਾਂ ਮਿਲਣਾ ਚਾਹੀਦਾ 11 ਮੈਂਬਰੀ ਕਮੇਟੀ ਬਣਾ ਲਓ ਪੰਨੂ ਸਾਹਿਬ ਮੈਂ ਵੀ ਕਹਿ ਦੇਣਾ ਉਹਨਾਂ ਨੂੰ ਮਿਲਾ ਦਿਓ ਇਸ ਧਰਨੇ ਦਾ ਕੀ ਸੁਨੇਹਾ ਹੈ ਤੁਸੀਂ ਜਨਤਾ ਨੂੰ ਦੇ ਦਿਓ ਐਸਐਸਪੀ ਸਾਹਿਬ ਦਾ ਕੀ ਸੁਨੇਹਾ ਐਸਐਸਪੀ ਸਾਹਿਬ ਨਾਲ ਕੋਈ 2 ਮੁਖੀਆਂ ਨੇ ਗੱਲ ਕਰਨੀ ਹੈ ਤਾਂ ਉਹ ਮਿਲਾ ਕੇ ਕਰੋ ਕੋਈ ਹੈ ਬੰਦਾ ਐਸਐਸਪੀ ਨਾਲ ਗੱਲ ਕਰਨ ਵਾਲਾ ਤੁਸੀਂ ਵੀ ਕਰੋ ਤੁਹਾਡਾ ਜਿਹੜਾ ਕੁਝ ਕਰਦਾ ਦੱਸੋ ਜੀ ਕੌਣ ਕਰੂਗਾ ਐਸਐਸਪੀ ਸਾਹਿਬ ਦਾ ਵਿੱਕੀ ਕਰ ਲੂਗਾ ਜੀ ਵਿੱਕੀ ਕਿੱਥੇ ਹੈ ਜਿਹੜਾ ਵੀ ਤਿਆਰ ਹੈ ਜੀ ਵਿੱਕੀ ਆ ਫਿਰ ਆਪਾਂ ਪੰਨੂ ਸਾਹਿਬ ਤੋਂ ਵਿਸ਼ਵਾਸ ਲਓ ਫਿਰ ਤੁਹਾਡਾ ਇਰਾਦਾ ਉੱਠੋ ਤੇ ਨਹੀਂ ਮੈਂ ਆ ਗਿਆ ये हमारे प्रधान जी हैं यहाँ पर जो सारी मेडिकल एसोसिएशन के जो यहाँ पर धरना वरना लगा एक बार आप इनसे बात करिए इनसे इनसे थोड़ा इनको विश्वास दिलाइए एक सेकंड करो 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 सर सत श्री अकाल जी ਹਾਂਜੀ ਸਰ ਇਸ ਤਰ੍ਹਾਂ ਇਹ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਚੋਰੀਆਂ ਹੋਈਆਂ ਮਹੀਨਾ ਪਹਿਲਾਂ ਵੀ ਹੋਈਆਂ ਸੀ 4 ਚੋਰੀਆਂ ਇੱਕ ਸਾਡੇ ਦੋਸਤ ਆ ਉਹਨਾਂ ਦਾ ਵੀ 3-4 ਲੱਖ ਰੁਪਏ ਦਾ ਨੁਕਸਾਨ ਹੋਇਆ ਅੱਜ ਸਵੇਰੇ 5-6 ਵਜੇ ਤੱਕ ਬ੍ਰਿਜਾ ਗੱਡੀ ਤੇ ਬੰਦੇ ਆਏ ਕਿਉਂਕਿ ਸ਼ਹਿਰ ਦੇ ਵਿੱਚ ਸਰ ਇਸ ਗੱਲ ਦਾ ਪੂਰਾ ਜਿਹੜਾ ਡਰ ਭੈ ਦਾ ਮਾਹੌਲ ਵੀ ਹੈ ਤੇ ਰੋਸ਼ ਵੀ ਹੈ ਜਿਹੜਾ ਕਿਉਂਕਿ ਅੱਜ ਪਹਿਲੇ ਵਾਰੀ ਗਿੱਦੜਵਾ ਦੀ ਹਿਸਟਰੀ ਚ ਸਰ ਵੀ ਜਿਹੜੇ ਦੁਕਾਨਦਾਰ ਵੀਰ ਹੈ ਚਾਹੇ ਉਹ ਕਿਸੇ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੈ ਉਹ ਆਪਣੀਆਂ ਦੁਕਾਨਾਂ ਕਿਉਂਕਿ ਦੁਕਾਨ ਬੰਦ ਨਹੀਂ ਕਰਦਾ ਕੋਈ ਵੀ ਵੀਰ ਮੇਰਾ ਨਹੀਂ ਇਹ ਸਾਰੇ ਆਪਦਾ ਹਾਂ ਤੁਸੀਂ ਵੀ ਗੱਲ ਮਿਲਣ ਦਾ ਟਾਈਮ ਸਰ ਮਿਲਣ ਦਾ ਟਾਈਮ ਤੁਹਾਨੂੰ ਕਿਦੋਂ ਮਿਲ ਸਕਦੇ ਬਗੀਰਤ ਜੀ ਇਨਕੋ ਇਨਕੋ 3 ਵਜੇ ਮੈਂ ਭੇਜ ਦੂੰ ਮਿਲਨੇ ਕੇ ਲੀਏ ਬਸ ਫਿਰ ਆ ਜਾ 3-11 ਬੰਦੇ ਆ ਠੀਕ ਹੈ ਜੀ ਯਾਰ ਪਤਾ ਕੀ ਗੱਲ ਹੈ ਕਦੇ ਕਿਸੇ ਨੂੰ ਜਲੀਲ ਨਹੀਂ ਦਿੰਦਾ ਕਪਤਾਨ ਦਾ ਇੱਥੇ ਸੱਦ ਲਓ ਕਿਤੇ ਮਰੋਡ ਵਾਲੇ ਤੇ ਮੁਕਸਰ ਵਾਲੇ ਗੱਲ ਇਹ ਹੈ ਵੀ ਆਪਣਾ ਸੁਨੇਹਾ ਨੂੰ ਆਪਾਂ ਇੱਥੇ ਬੁਲਾਈਏ ਤੇ ਫਿਰ ਐਂ ਕਰੋ ਬੁਲਾਉਣਾ ਤਾਂ ਐਂ ਕਰੋ ਪੱਕਾ ਅੱਡਾ ਲਓ ਇੱਕ ਬੰਦਾ ਵੀ ਨਹੀਂ ਜਾਣਾ ਮੈਂ 4-5 ਦਿਨ ਪਹਿਲਾਂ ਤੁਹਾਡੇ ਨਾਲ ਡੀਜੀਪੀ ਵੀ ਆਜੂਗਾ ਮਨਿਸਟਰ ਵੀ ਆਜੂਗਾ ਠੌਣ ਮੇਰੇ ਕਹਿਣ ਦਾ ਮਤਲਬ ਹੈ ਆਪਣਾ ਜੇ ਕੰਮ ਹੋਣਾ ਚਾਹੀਦਾ ਉਹ ਵੇਖੋ ਜੇ ਤੁਹਾਡੀ ਤਸੱਲੀ ਹੁੰਦੀ ਉਵੇਂ ਕਰੋ 11 ਬੰਦੇ 3 ਵਜੇ ਮਿਲੇ ਆਓ ਘੰਟਾ ਬਹਿ ਜਾਓ ਐਸਐਸਪੀ ਨੂੰ ਜੇ ਤਸੱਲੀ ਹੋਵੇ ਉੱਠਣਾ ਜੇ ਤਸੱਲੀ ਤੁਹਾਡੀ ਨਾ ਹੋਵੇ ਨਹੀਂ ਉੱਠਣਾ ਮਿਲ ਕੇ ਵੀ ਉੱਠਣਾ ਕਿ ਨਹੀਂ ਉੱਠਣਾ ਇਹ ਤੁਹਾਡਾ ਫੈਸਲਾ ਪਹਿਲਾਂ ਉੱਠਣਾ ਨਹੀਂ ਉੱਠਣਾ ਇਹ ਤੁਹਾਡਾ ਫੈਸਲਾ ਹਾਂਜੀ ਡੀਐਸਪੀ ਸਾਹਿਬ ਆਓ ਜੀ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਸਰ ਨੂੰ ਜਿਵੇਂ ਪਹਿਲਾਂ ਚੋਰੀਆਂ ਟਰੇਸ ਕੀਤੀਆਂ ਹੁਣ ਵੀ ਟਰੇਸ ਕਰਾਂਗੇ ਅਸੀਂ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਦੇ ਰਹਿੰਦੇ ਜੇ ਜ਼ਿਆਦਾ ਨਹੀਂ 5 ਬੰਦੇ ਪਹਿਲਾਂ ਘਟੀਆਂ ਚੋਰੀਆਂ ਟਰੇਸ ਕੀਤੀਆਂ ਹੁਣ ਵੀ ਅਸੀਂ ਕਰਾਂਗੇ ਆਪ ਨੂੰ ਵਿਸ਼ਵਾਸ ਦਿਵਾਉਣਾ ਮੈਂ ਹੁਣ ਜੀ ਫਿਰ